ਇੱਧਰ ਨੂੰ ਤੇ ਇੱਧਰ ਨੂੰ ਤੇ ਉੱਧਰ ਨੂੰ ਤੇ ਇੱਧਰ ਨੂੰ ਤੇ ਉੱਧਰ ਨੂੰ ਤੇ ਐਨ ਨੂੰ ਤੇ ਔਨ ਨੂੰ ਤੇ ਇੱਧਰ ਤੇ ਉੱਪਰ ਤੇ ਨੀਚੇ ਤੇ ਸੱਜੇ ਤੇ ਖੱਬੇ ਤੇ ਸਾਰੇ ਪਾਸ ਓਏ ਤੂੰ ਇੱਕ ਸਾਹ 'ਚ ਕਿੰਨੀ ਵਾਰੀ ਆਪਾਂ ਪਹਿਲਾਂ ਵੀ ਗਿਣਿਆ ਹੋਇਆ ਆ ਇੱਕ ਸਾਹ 'ਚ ਕਿੰਨੀ ਵਾਰ ਗਿਣਤੀ ਗੱਲ ਨੇਗਾ ਇੱਕ ਸਾਹ 'ਚ ਕਿੰਨੇ ਤੱਕ ਹੋ ਗਏ ਅੱਛਾ ਸਹੀ ਸਹੀ ਹੋ ਗਿਆ ਹੋ ਗਿਆ अस्सलाम वालेकुम नाज़रीन, क्या हाल चाल, ठीक हो? मैं कहता हूँ कि आप सब खरीद सकेंगे तो जी नाज़रीन, तो मैं सेल में नहीं करता हूँ, इधर मैं आ गया फैसाबाद रोड से, महला पता नहीं कह रहा है वह तो इतने जी मैं सेल में नहीं करता हूँ, इतने नाल साडे दोस्त मिल गए है माशाल्लाह, की नाम है अपना? अहमद अरशाद। सही सही, यह भी मतलब नाल करते है सेल में नहीं, तो मेरा वेखो ना थले झोला जरा लगा हों थले वेखो हाँ ये थले लगा हूँ एक घरीसी जा रहा है सी तो भाई इन्होंने वेख्या है तो मैं इन्होंने खिलाड़ता मैं वेख्या है मतलब इन्होंने आप बेहतरीन निज़ाम किया हुआ ना आला एक इधर जिप लवाई है मतलब सिलाई देता है इधर उस तो बाद थले इन्होंने एक लवाया हुआ स्टैंड इनका स्टैंड वेख लो जी आएगा स्टैंड आ पूरा पूरा वहा दी आ स्टैंड है माशाल्लाह ये उस्ताद परले पास भी लवान के है तो ये उस्ताद कितों कितों बनाया सी फतेहपुर रोड ते ना सलाम त्रिपाल वाले ਉਹ ਤੇ ਇੱਥੇ ਬਣਾ ਲਏ ਲੇਕਿਨ ਥੱਲੇ ਆ ਸਰਿਆ ਸੁਰਿਆ ਕੇ 39 ਚੱਕ ਤੇ ਬੈਠਾ ਹੈ ਕਿਸ ਉਹਦੇ ਵਾਲਾ 39 ਚੱਕ ਕਿੱਥੇ ਫਤਿਹਪੁਰ ਰੋਡ ਤੇ ਆ ਰਹੇ ਨੇ ਯਾਰ ਮੈਨ ਰੋਡ ਦੇ ਉੱਤੇ ਹੀ ਹੈ 39 5 ਕਿਲੋਮੀਟਰ ਅੱਗੇ ਚੌਕ ਆਜ਼ਮ ਤੋਂ ਫਤਿਹਪੁਰ ਵਿੱਚ ਲੱਗਿਆ ਹੈਗਾ ਵਾ ਹਾਂ ਅੱਛਾ ਸਹੀ ਸਹੀ ਇਹ ਮਤਲਬ ਇਹ ਕਿਹੜੇ ਹੈਗੇ ਭਾਈ ਜੀ ਇਹ ਤੇ ਤੀਸਰਾ ਦਿਨ ਤੁਹਾਨੂੰ ਮਾਸ਼ਾਅੱਲਾ ਹਾਂਜੀ ਤੀਸਰਾ ਤੇ ਇਹ ਕੰਮ ਛੱਡ ਪਏ ਹੈਗੇ ਤੇ ਇੱਕ ਦਿਨ ਤਰਫਾਲ ਤੂੰ ਲੈਣ ਚ ਲੈ ਲਾਂ ਹਾਂ ਲੈ ਸਕਦਾ ਮੈਂ ਕੋਈ ਨਹੀਂ ਕਰਨਾ ਯਾਰ ਮੈਂ ਅੱਛਾ ਸਹੀ ਸਹੀ ਨਹੀਂ ਅਗਰ ਮੈਂ ਲੈ ਲਵਾਂ ਤਾਂ ਮੇਰੇ ਵਾਲੇ ਫਿਰ ਕਿੱਥੇ ਜਾਏਗੀ ਤੂੰ ਆਪਣੇ ਨੂੰ ਦੁਬਾਰਾ ਬਣਵਾ ਲਈ ਮੈਂ ਦੁਬਾਰਾ ਬਣਵਾ ਲਵਾਂ ਦੁਬਾਰਾ ਉਹਨੂੰ ਬਣਵਾ ਲਈ ਰੱਖ ਲਈ ਉਹਦੇ ਹੋਰ ਕੰਮ ਆ ਜਾਏਗਾ ਅੱਛਾ ਹਾਂ ਸਹੀ ਸਹੀ ਤੇ ਇਹ ਤੁਸੀਂ ਕੀ ਕੀ ਵੇਚਦੇ ਮਤਲਬ ਗਰਮ ਮਸਾਲਾ ਨਾ ਨਾ ਹਾਂ ਹਾਂ ਮੈਂ ਧਨੀਆ ਅੱਛਾ ਤੇ ਮਿਰਚਾਂ ਅੱਛਾ ਤੇ ਕੀ ਨਾਮ ਹਲਦੀ ਅੱਛਾ ਤਿੰਨ ਚੀਜ਼ਾਂ ਤਿੰਨ ਆਟਮ ਤੇ ਮਾਲ ਕਿਵੇਂ ਦਰਜਨ ਪੈਂਦੇ ਹੈਗੇ ਦਰਜਨ ਨਹੀਂ ਮੈਂ ਤਾਂ ਕਿਲੋ ਦੇ ਹਿਸਾਬ ਨਾਲ ਲੈ ਕੇ ਆ ਰਿਹਾ 450 ਰੁਪਏ ਕਿਲੋ ਲੈ ਕੇ ਆ ਰਿਹਾ ਮੈਂ ਅੱਛਾ ਉਹ ਮਤਲਬ 10 ਵਾਲੀ ਨਹੀਂ ਕਿਲੋ ਵਾਲੀ ਹੁੰਦੀ ਨਹੀਂ 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 ਮੇਰੇ ਕੋਲ ਗ੍ਰਾਮ ਹੁੰਦੀ 200 ਗ੍ਰਾਮ ਤੇ 100 ਗ੍ਰਾਮ ਸਾਰੀ ਆਈਟਮ ਅੱਛਾ ਕੋਈ 10 ਵੀ ਵਾਲਾ ਪੈਕਟ ਨਹੀਂ ਮੇਰੇ ਕੋਲ ਕਿੰਨੇ ਵਾਲਾ ਪੈਕਟ ਇੱਕ ਹੁੰਦਾ ਮੇਰੇ ਕੋਲ ਜਿਹੜਾ 100 ਗ੍ਰਾਮ ਉਹ 60 ਰੁਪਏ ਦਾ ਮਰਜ਼ ਦਾ ਦੇ ਰਿਹਾ ਮੈਂ ਅੱਛਾ ਇੱਕ ਹਾਂ ਇੱਕ ਜਿਹੜਾ 200 ਗ੍ਰਾਮ ਹੈ ਉਹ 120 ਰੁਪਏ ਦਾ ਦੇ ਰਿਹਾ ਹਲਦੀ ਦਾ 55 ਰੁਪਏ ਦਾ 200 ਗ੍ਰਾਮ ਅੱਛਾ ਧਨੀਏ ਦਾ 100 ਗ੍ਰਾਮ 70 ਰੁਪਏ ਦਾ ਸਹੀ ਤੇ 200 ਗ੍ਰਾਮ 120 ਰੁਪਏ ਦਾ ਅੱਛਾ ਹਾਂ ਤੇ ਇਹ ਮਾਲ ਕਿੱਥੋਂ ਲਿਆ ਮਲਤਾਨੋਂ ਮਲਤਾਨੋਂ ਨਹੀਂ ਆ ਜਿਹੜਾ ਉੱਤੇ ਸਟicker ਲੱਗਿਆ ਨਿਸ਼ਾਲ ਸ਼ਾਹਦ ਵਾਲੇ ਕੋਲ ਲੈਂਦਾ ਮੈਂ ਅੱਛਾ ਲਧਾਣੇ ਦੇ ਨਹੀਂ ਸੇਲਮੈਨ ਅੱਛਾ ਲਧਾਣੇ ਦੇ ਸਹੀ ਸਹੀ ਅੱਛਾ ਸਹੀ ਸਹੀ ਤੇ ਤੁਹਾਨੂੰ ਇਹ ਕੰਮ ਕਿੰਨੇ ਗਿਆ ਸੀ ਜਦ ਆਪ ਦਿਲ ਕੀਤਾ ਆਪ ਹੀ ਮੇਰਾ ਦਿਲ ਕੀਤਾ ਸੀ ਅੱਛਾ ਸਹੀ ਸਹੀ ਨਹੀਂ ਮੈਨੂੰ ਤਕਰੀਬਨ ਨਾਜ਼ਰੀਨ ਤੇ ਇਹ ਤੋਂ ਪਹਿਲੇ ਮੈਂ ਸ਼ੁਰੂ ਕੀਤਾ ਸੀ ਤਕਰੀਬਨ ਹਫਤਾ ਉਦੋਂ ਲਾਇਆ ਸੀ ਤੇ ਮਹੀਨਾ ਹੁਣ ਮੈਨੂੰ 1 ਮਹੀਨਾ 7-8 ਦਿਨ ਹੋ ਗਏ ਹੈਗੇ ਤੇ ਮੈਂ ਵੀ ਬੜਾ ਖੱਜਲ ਖਵਾਰ ਹੋ ਰਿਹਾ ਕੋਈ ਨਹੀਂ ਐਸ ਤਾਂ ਮੈਂ ਕੋਈ ਨਹੀਂ ਯਾਰ ਖੱਜਲ ਖਾਰ ਹੋ ਜਾਂਦਾ ਮੈਂ ਬੁੱਢਾ ਬੰਦਾ ਹਾਂ ਤੂੰ ਜਾਂਗੇ ਛੋੜ ਮੈਂ ਕੋਈ ਨਹੀਂ ਖੱਜਲ ਖਾਰ ਹੋ ਜਾਂਦਾ ਅੱਛਾ ਗਰਮੀ ਬਹੁਤ ਮੇਰੇ ਕੋਲ ਨਾ ਆਪਾਂ ਨਹੀਂ ਕਰਦੇ ਸਹੀ ਜੇ ਭਾਈ ਜੀ ਆਈਸਕ੍ਰੀਮ ਲਾਣ ਅੱਗੇ ਆਪਣਾ ਘਰ ਕਿੱਥੇ ਮੇਰਾ 39 ਦੇ ਨਾਲ ਹੀ ਹੈ ਚੱਕ ਚ ਯਾਰ ਅੱਛਾ ਅੱਛਾ 338 ਸਹੀ ਸਹੀ ਠੀਕ ਹੈ ਨਾਜ਼ਰੀ ਤੋਂ ਮੈਂ ਇਹਨਾਂ ਦੀ ਵੀਡੀਓ ਸ਼ੂਟ ਬਣਾ ਲਈਗੀ ਤੇ ਸਾਰਾ ਹਿਸਾਬ ਕਿਤਾਬ ਲਾ ਲਏਗਾ ਵਾ ਤੇ ਥੱਲੇ ਕੀ ਸਰੀਆ ਹਾਂਜੀ ਟਾਈਮ ਇੱਕ ਮਿੰਟ ਮੈਂ ਦੂਸਰੇ ਬਲਾ ਤੇ ਦੱਸ ਰਿਹਾ ਹਾਂ ਟਾਈਮ ਦੱਸਿਆ ਜੀ ਟਾਈਮ ਤਕਰੀਬਨ 11:15 ਹੋ ਗਏ ਨੇ ਮੇਰੇ ਕੋਲ ਤਾਂ 11:15 ਹੋ ਗਏ ਹਾਂ ਤੇ 11:15 ਹੋ ਗਿਆ ਤੇ ਟਾਈਮ ਹੋ ਚਲਾ ਹੈਗਾ 12 ਵਜੇ ਦਾ ਤੇ ਅੱਛਾ ਸਹੀ ਸਹੀ ਤੇ ਮੋਟਰਸਾਈਕਲ ਆਪਣਾ ਹਾਂ ਮੋਟਰਸਾਈਕਲ ਆਪਣਾ ਪਟੋਲ ਕਿੰਨਾ ਪਵਾਉਂਦੇ ਤੁਸੀਂ ਮੈਂ ਪਵਾਈ ਦਾ ਕੱਲ ਬੁਕਿੰਗ ਪਾਇਆ ਸੀ ਮੈਂ 600 ਦਾ ਅੱਜ ਹਾਲੇ ਤੱਕ 300 ਦਾ ਪਵਾਇਆ ਅੱਛਾ ਸਹੀ ਸਹੀ ਮੈਂ ਤਕਰੀਬਨ 100-200 ਬਸ ਸ਼ਹਿਰ ਰਹਿੰਦਾ ਹੈਗਾ ਮਰਜ਼ੀ ਹੁਣ ਮੈਂ ਇੱਥੇ ਆਇਆ ਜੀ ਜਨਾਬ ਇੱਕ ਦੁਕਾਨ ਤੇ ਮਾਸ਼ਾਅੱਲਾ ਸਾਡੇ ਪਿਆਰੇ ਦੋਸਤ ਹੈਗੇ ਅਸਲਾਮ ਅਲੈਕਮ ਕੀ ਹਾਲ ਭਾਅ ਜੀ ਠੀਕ ਹੋ ਸਿਹਤ ਮੈਂ ਠੀਕ ਹੈ ਜੀ ਸਿਹਤ ਮੈਂ ਠੀਕ ਹੋ ਹੋਰ ਭਾਅ ਜੀ ਤੁਹਾਡਾ ਕੀ ਨਾਮ ਹੈ ਸੁਫੀਆਨ ਸੁਫੀਆਨ ਆਪਕਾ ਕੀ ਨਾਮ ਸੁਫੀਆਨ ਆਪਕਾ ਹਮਜ਼ਾ ਉਲਕ ਹਮਜ਼ਾ ਉਲਕ ਹਮਜ਼ਾ ਉਲਕ ਅੱਛਾ ਹਮਜ਼ਾ ਉਲਕ ਇਹ ਕੌਮ ਹੈਗੀ ਹੈ ਸਹੀ ਸਹੀ ਅੱਛਾ ਜਨਾਬ ਕੀ ਕਰਦੇ ਹੁੰਦੇ ਅੱਜ ਕੱਲ੍ਹ ਆਪਣੀ ਦੁਕਾਨ ਹੈ ਕਿਰਿਆਨੇ ਦੀ ਭਾਈ ਮਾਸ਼ਾਅੱਲਾ ਨਾਜ਼ਰ ਤੋਂ ਮੈਂ ਇਹਨਾਂ ਕੀ ਆਪਕੋ ਦੁਕਾਨ ਦਿਖਾਤਾ ਹੂੰ ਇਹ ਹਮਾਰੀ ਸਕੂਟਰੀ ਹੈ ਤੋ ਮਾਸ਼ਾਅੱਲਾ ਇਹ ਤੋਂ ਬਾਹਰ ਆ ਗਿਆ ਹੈਗਾ ਵਾਂ
ਸਟਾਰ ਤੇ ਪੈ ਗਏ ਜੀ। ਆਹ ਦੁਕਾਨ ਹੈਗੀ ਜੀ, ਆਹ ਸਕਲੈਨ ਸੁਪਰ ਸਟੋਰ ਹੈ ਜੀ, ਮਾਸ਼ਾਅੱਲਾ ਦੁਕਾਨ ਮਾਸ਼ਾਅੱਲਾ, ਅਤੇ ਮਾਸ਼ਾਅੱਲਾ ਮਾਸ਼ਾਅੱਲਾ ਸੋਹਣੇ ਵੀ ਹੈਗੇ ਹੈ। ਅਤੇ ਹੋਰ ਉਸਤਾਦ ਕੋਈ ਨਵੀਂ ਤਾਜ਼ੀ? ਅਲਹਮਦੁਲਿਲਾ ਠੀਕ ਠਾਕ। ਸਨਾਸੀ ਕਾਲਜ ਬਣ ਗਏ? ਨਹੀਂ ਜੀ, ਅਲਹਮਦੁਲਿਲਾ ਸ਼ੁਕਰ ਮੈਂ ਫੈਕਟਰੀ ਅੱਲਾਹ ਤਾਲਾ ਸ਼ੁਕਰ ਹੈ। ਸਨਾਸੀ ਕਾਲਜ ਨਹੀਂ ਬਣਿਆ? ਨਹੀਂ। ਤੁਹਾਡਾ ਅਤੇ ਤੁਸੀਂ ਕਿਹੜੇ ਬੰਦੇ ਨੂੰ ਵੋਟ ਦੇਣਾ ਹੈਗਾ, ਕਿਉਂਕਿ ਵੋਟ ਆ ਰਹੇ ਨੇ ਅਗਲੇ ਦੋ ਤਿੰਨ ਚਾਰ ਮਹੀਨੇ ਬਾਅਦ, ਤੁਸੀਂ ਕਿਹਨੂੰ ਵੋਟ ਪਾਉਣਾ ਹੈਗਾ? ਸਾਡਾ ਸ਼ਨਾਤੀਗੜ੍ਹ ਬਣਿਆ ਹੁੰਦਾ ਅਤੇ ਅਸਾਂ ਨੂਨ ਲੀਗ ਨੂੰ ਵੋਟ ਦੇਣਾ ਸੀ ਭਾਈ। ਵਜੇ ਅਸਾਂ ਨੂਨ ਲੀਗ ਦੇ ਸਪੋਰਟਰ ਹਾਂ, ਅੱਛਾ, ਕਿਉਂਕਿ ਉਹਨਾਂ ਨੇ ਮੋਟਰਵੇ ਬਣਾਈ ਹੈ ਸੱਚ ਮੁਲਤਾਨ ਨੂੰ, ਇੱਕ ਕੋਨੇ ਤੋਂ ਬਹਿ ਕੇ ਦੂਸਰੇ ਕੋਨੇ ਤੱਕ ਜਾ ਸਕਦੇ ਹਾਂ 30 ਰੁਪਏ ਕਿਰਾਏ ਨਾਲ। ਅੱਛਾ, ਆਪਕੇ ਇਮਰਾਨ ਖਾਨ ਪੀਟੀਆਈ ਨੇ ਕਿਆ ਕੀਆ ਹੈ ਮੈਂ ਬਤਾਏ? ਹਾਂ, ਇਹ ਪੀਟੀਆਈ ਨੇ ਕਿਆ ਕੀਆ? ਮੈਂ ਵੈਸੇ ਇਮਰਾਨ ਖਾਨ ਦੇ ਨਾਲ ਨਹੀਂ ਹੈਗਾ, ਵੈਸੇ ਮੈਨੂੰ ਚੰਗਾ ਲੱਗਦਾ ਹੈ। ਹਾਂ, ਅਤੇ ਉਹਨੇ ਵੀ ਕੰਮ ਬੜੇ ਕੀਤੇ ਹੈਗੇ ਆ, ਉਹ ਜਦੋਂ ਉੱਥੇ ਗਿਆ ਇਕਮਾਮ ਹੈ ਮੁਸਤਜਿਦਾ ਵਿੱਚ, ਅਤੇ ਅਸਾਂ ਕਿਹੜੇ ਹੈਗੇ ਆ ਨੂਨ ਲੀਗ ਵਾਲੇ, ਇਹ ਕਦੋਂ ਕਿ ਤਕਰੀਰ ਕਰਦੇ ਆ, ਹੁਣ ਕਿਤੇ ਇਮਰਾਨ ਖਾਨ ਗ੍ਰਿਫਤਾਰ ਹੋਇਆ ਤਾਂ ਉੱਥੇ ਸ਼ਿਵਾਸ ਨੇ ਤਕਰੀਰ ਕੀਤੀ, ਉਹਨੇ ਫਰਕਾ ਜਿਹਾ ਭਰਿਆ ਹੋਇਆ ਸੀ, ਉੱਥੋਂ ਵੇਖ ਵੇਖ ਕੇ ਕਿਵੇਂ ਫਰਕ ਲਿਖਿਆ ਉਵੇਂ ਰੱਖੀ ਗਿਆ ਹੈਗਾ, ਪਰ ਇਮਰਾਨ ਖਾਨ ਤਾਂ ਐਵੇਂ ਨਹੀਂ ਕਰਦਾ ਹੈਗਾ। ਇਮਰਾਨ ਖਾਨ ਆਪਣੀ ਮਤਲਬ ਸੋਚ ਸਮਝ ਕੇ ਇੰਗਲਿਸ਼ ਵੀ ਬੋਲਦਾ, ਜ਼ਬਾਨੀ ਬੋਲਦਾ ਹੈਗਾ। ਠੀਕ ਹੈ ਜੀ, ਤੁਸੀਂ ਆਪਣੀ ਜਗ੍ਹਾ 'ਤੇ ਠੀਕ ਹੋ, ਅਸੀਂ ਆਪਣੀ ਜਗ੍ਹਾ 'ਤੇ ਠੀਕ ਹਾਂ, ਬਾਕੀ ਹਰ ਕਿਸੇ ਦੀ ਆਪਣੀ ਮਰਜ਼ੀ ਹੈ। ਠੀਕ ਹੈ, ਸਹੀ। ਹਾਂ, ਬਾਕੀ ਹਰ ਇਨਸਾਨ ਦੀ ਆਪਣੀ ਆਪਣੀ ਮਰਜ਼ੀ ਹੈਗੀ। ਹੋਰ ਕੋਈ ਸ਼ੇਅਰ ਸ਼ੁਰੂ ਆਉਂਦਾ ਹੋਵੇ? ਕੋਈ ਸਾਨੂੰ ਸ਼ੇਅਰ ਨਹੀਂ ਆਉਂਦਾ, ਤੁਹਾਨੂੰ ਆਉਂਦਾ ਤਾਂ ਸੁਣਾ ਦਿਓ। ਚਲੋ, ਮੈਨੂੰ ਬਸ ਦੋ ਤਿੰਨ ਟੁੱਟੇ ਭੱਜੇ ਸ਼ੇਅਰ ਆਉਂਦੇ, ਚਾਂਦ ਜੇ ਉੱਤੇ ਸਤਾਰੋ ਸੇ ਨਹੀਂ, ਚਾਂਦ ਨਹੀਂ ਚਾਂਦ ਜੇ ਉੱਤੇ ਸਤਾਰੋ ਸੇ ਨਹੀਂ, ਮੁਹੱਬਤ ਇੱਕ ਸੇ ਹੋਤੀ ਹਜ਼ਾਰੋ ਸੇ ਨਹੀਂ, ਐਵੇਂ ਹੀ ਨਾ? ਬਿਲਕੁਲ ਜੀ, ਬਿਲਕੁਲ। ਅੱਛਾ, ਅਤੇ ਉਸ ਤੋਂ ਬਾਅਦ ਇੱਕ ਹੋਰ ਸ਼ੇਅਰ ਹੈਗਾ, ਹਮੇ ਆਪਣੋ ਨੇ ਲੋਕ ਲਿਆ ਗੈਰੋ ਮੈਂ ਕਦਮ ਥਾ, ਹਮੇ ਆਪਣੋ ਨੇ ਲੋਕ ਲਿਆ ਗੈਰੋ ਮੈਂ ਕਦਮ ਥਾ, ਮੇਰੀ ਕਸ਼ਤੀ ਵਾਂਗ ਜੋ ਵੀ ਜਾ ਪਾਣੀ ਥੋ ਠੀਕ ਹੋਇਆ ਸਰ, ਮਿਹਰਬਾਨੀ, ਬੜੀ ਮਿਹਰਬਾਨੀ। ਹਾਂ ਠੀਕ ਹੈ ਨਾ, ਅੱਜ ਤੁਸੀਂ ਵੀ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਕਰ ਲਓ, ਅਤੇ ਮੈਂ ਚੱਲਦਾ ਵਾਂ ਘਰ ਨੂੰ, ਅਤੇ ਦੁਪਹਿਰ ਤੋਂ ਟਾਈਮ ਹੈਗਾ ਘਰ ਜਾ ਕੇ ਲੰਚ ਲੁੰਚ ਕਰਦੇ ਹਾਂ, ਉਸ ਤੋਂ ਮਿਸਤਰੀ ਦੇ ਹਵਾਲੇ, ਮਿਸਤਰੀ ਦਾ ਪਲਸਤਰ ਕਰਦੇ ਪਏ, ਮਾਸ਼ਾਅੱਲਾ ਕੈਮਰਾ ਉਸਤਾ ਲਾਇਆ ਉੱਥੇ, ਅਤੇ ਨਾ ਉਸਤਾਦ ਕੈਮਰਾ ਲਾਇਆ ਹੋਇਆ, ਅਤੇ ਮਿਸਤਰੀ ਕੀ ਕਰਦੇ ਪਏ ਕਿ ਪਲਸਤਰ ਕਰਦੇ, ਦੋ ਕਮਰੇ ਹੈਗੇ ਬਰਾਂਡੇ ਬਰੁੰਡੇ ਜੇ ਵੋ, ਅਤੇ ਉਹ ਕਰਦੇ ਪਏ ਉਹਨਾਂ ਦੀ ਜਾ ਕੇ ਬਣਾਉਣੀ ਵੀਡੀਓ ਸ਼ੂਡੀਓ, ਉਹ ਵੀ ਤੁਹਾਨੂੰ ਹਾਨੇ ਹੈਗੇ ਆ, ਅਤੇ ਫਿਰ ਤੁਸੀਂ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਕਰ ਲਓ ਤੁਹਾਡਾ। ਉਸਤਾਦ ਬੋਲਿਆ ਜੀ ਲਾਈਕ ਸਬਸਕ੍ਰਾਈਬ ਐਂਡ ਲਾਈਕ ਸਬਸਕ੍ਰਾਈਬ ਕਰ ਦਿਓ, ਸੇਲਮੈਨ ਕਰਕੇ ਆ ਗਈ, ਦਰਖਤ ਵੱਜਦੇ ਪਏ ਓਏ, ਕਿਤੇ ਇੱਧਰ ਨਾ ਆ ਜਾਵੇ, ਅੱਛਾ ਇੱਧਰ ਨੂੰ ਵੀ ਆ ਸਕਦਾ ਹੈਗਾ, ਪਿੱਛੂ ਤਾਂ ਪਲਸਤਰ ਹੋ ਗਿਆ, ਕਿਹੜਾ ਚੰਦ ਹੋ ਗਿਆ ਪਲਸਤਰ? ਹਾਂ 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 ਜੀ, ਤਾਂ ਇਹ ਤਿੰਨ ਦੁਬਾਰਾ ਹੋ ਚੁੱਕੀਆਂ ਹੈ, ਇਹ ਵਾਲੀ ਔਰ ਇਹ ਵਾਲੀ ਔਰ ਇਹ ਵਾਲੀ, ਮਾਸ਼ਾਅੱਲਾ, ਤਾਂ ਚਰੀਆਂ ਸ਼ਰੀਆਂ ਵੀ ਮੱਚ ਗਈਆਂ ਹੈਗੀਆਂ, ਬਿਲਕੁਲ ਵਾਇਰਿੰਗ ਹੋ ਗਈ ਹੈਗੀ। ਹਾਂਜੀ ਉਸਤਾਦ, ਉੱਤੇ ਕੀ ਕਰਦੇ ਪਏ ਤੁਸੀਂ? ਹਾਏ ਹਾਏ ਬਨੇਰਾ, ਇਹ ਉਸਤਾਦ ਉੱਤੇ ਚੜ ਕੇ ਬੈਠਾ ਜੀ, ਕਿਆ ਇਹ ਬਾਤ ਹੈ ਉਸਤਾਦ? ਹੋਏ ਹੋਏ ਹੋਏ, ਅੱਜ ਗਰਮੀ ਬਹੁਤ ਸੀ, ਉਹ ਹੋਏ 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 ਹੋਏ, ਆਏ ਨਾ ਜੀ, ਤੋ ਛੱਤ ਮੇਂ ਫਰਕ ਔਰ ਛੱਤ ਮੇਂ ਫਰਕ ਮਹਿਸੂਸ ਹੋ ਰਿਹਾ, ਕਿਉਂਕਿ ਉਹ ਪੁਰਾਣੀ ਇਹ ਨਵੀਂ, ਇਸ ਤਰ੍ਹਾਂ ਬਨੇਰਾ ਬਣਦਾ ਪਿਆ ਜੀ, ਪਲਸਤਰ ਕਰਦਾ ਪਿਆ ਜੀ। ਅਸਲਾਮ ਵਾਲੇਕਮ, ਕੀ ਹਾਲ ਉਸਤਾਦ? ਅੱਛਾ ਉਸਤਾਦ ਬਿਜ਼ੀ ਹੈ, ਇਸ ਵਾਸਤੇ ਪਤਾ ਨਹੀਂ ਚੱਲਾ ਉਸਤਾਦ। ਸਹੀ ਸਹੀ ਸਹੀ, ਵਾਹ ਜੀ ਉਸਤਾਦ, ਹੈ ਕਮਰਾ ਪਲਸਤਰ ਕਰ ਲਿਆ ਇੱਕ ਦੁਬਾਰ ਰਹਿ ਗਈ, ਅੱਛਾ ਤਾਂ ਕਰਕੇ ਇੱਕ ਦੁਬਾਰ ਰਹਿ ਗਈ, ਨਹੀਂ ਤਾਂ ਚਾਰ ਕਰਦੇ। ਅੱਛਾ ਉਹ ਝਰੀਆਂ ਵਾਲਾ ਕਿੰਨੇ ਵਜੇ ਆਇਆ ਸੀ? ਅੱਛਾ ਮੈਂ ਕਿਤੋਂ ਗਿਆ ਸੀ ਉਦੋਂ ਆ ਗਏ ਦੱਸੀ? ਸਹੀ ਸਹੀ ਸਹੀ, ਬਾਕੀ ਗਰਮੀ ਬਹੁਤ ਸੀ ਅੱਜ, ਹੈ ਗਰਮੀ ਬਹੁਤ ਸੀ, ਗਰਮੀ ਹੋਏ 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 ਹੋਏ, ਪਤਾ ਲੱਗਦਾ ਨਾਜ਼ਰੀਨ ਇਹ ਆ ਗਿਆ ਜੀ। ਛੱਤ ਹਿਲਦੀ ਕਿਉਂ? ਛੱਤ ਹਾਂ ਅੱਜ ਤਾਜ਼ੀ ਤਾਂ ਹਿਲਦੀ ਹੈਗੀ। ਹੋਰ ਠੀਕ ਹੋ ਜੀ? ਅਗਰ ਮੋਹ ਕਾਰਡ ਕੋ ਦੋਨੋਂ ਸਾਡੇ ਕਲੀਅਰ ਕਾਰਡ ਥੋੜੇ ਵਜ਼ਨ ਵਾਲੇ ਪਾੜੇ ਸੀ, ਵਜ਼ਨ ਵਾਲੇ, ਇਹ ਵਜ਼ਨ ਥੋੜਾ ਇਹਨਾਂ ਦਾ। ਸਹੀ ਸਹੀ, ਨਾਜ਼ਰੀਨ ਤੋਂ ਦਰਖਤ ਵੀ, ਓਹ ਮੈਂ ਉੱਤੇ ਹੋ ਗਿਆ ਤੇ ਨਾਜ਼ਰੀਨ ਦਰਖਤ ਵੀ ਕੱਟਿਆ ਗਿਆ, ਹੁਣ ਕੱਲੇ ਰਹਿ ਗਿਆ ਬੈਰੀ, ਬੈਰੀ ਬੈਰੀ ਦੋ ਉੱਪਰ ਇੱਕ ਕੱਲੀ ਰਹਿ ਗਈ, ਮਤਲਬ ਘਰ ਵਿੱਚ ਕਿਹੜੇ ਦਰਖਤ ਹੈਗੇ ਸੀ ਸਾਰੇ ਖਤਮ ਹੋ ਰਹੇ ਹੌਲੀ ਹੌਲੀ।
ठीक है ना, जैसे लाइक सब्सक्राइब एंड शेयर कर लो। मैं पानी शानी पी लूँ, फिर रेस्ट वेस्ट कर लूँ, और सुबह करनी है जी पार्किंग पैकिंग, फिर इंशाल्लाह पैकिंग करके फिर तुम हाले वाले नहीं। लाइक सब्सक्राइब एंड शेयर कर। नाजरीन क्या चल है, ठीक होगी जी ना सुनने वाले जी। गुड मॉर्निंग, 7 बजे का टाइम है और हम सुबह उठेंगे 6:36 जी उठे सी। माशाल्लाह उस बात मुँह तो पाएगा वहाँ तो मुँह तो उतू के पति जन चीज़ ले आ लेके तो हम कहने गए नाश्ता। तो नाश्ते दिल किया जी लस्सी पीना, तो मैं हम लैन चलना वहाँ दही, तो दही जाके तो फिर आप बनाने लस्सी नमकीन या मिठी है पता नहीं कि मतलब बनाई दा वा, तो पर लस्सी बनानी है। तो खास तौर से गर्मियों के कोटा या फिर लस्सी हो सुबह सुबह नाश्ते के दौरान आए हाए फुल मज़े आ जाते हैं। तो ऐसे पहले चैनल पहली बार चैनल लाइक सब्सक्राइब एंड शेयर कर लो। तो मैं घर जाके हमें मिर्चा घर की कारकरदगी कल उन्होंने प्लस्तर की उन्होंने चार कमरे चारा दीवारा बच्चों दरवाजे वाली साइड होंगे है ना, वो मतलब प्लस्तर नहीं की गई, बाकी तिने खिड़कियां है। तो अब जो भी कर रहे उस बाकी कमरे के भी कर रहे हैं। अच्छा स्कूल जा रहा है रब का नाम दरवाजा खिड़का रहे हैं दही लेके मैं चल रहा हूँ। एकदम की कटाई के होने के बाद इन लोगों ने तिल्ली बीज दी, तिल्ली बीजने के बाद भी ये सब सब्ज होने जा रहा है। तो ये देखे कितना सोहना नज़ारा आ रहा है सुबह सुबह, इधर भी और उधर भी, मतलब तिल्ली बीजे तो खूबसूरती, गंदम बीजे तो खूबसूरती, खूबसूरती ही खूबसूरती जब बंदा देखता है सब्ज सब्ज कलर। माशाल्लाह क्या ही नज़ारे हैं सब्ज कलर के। नाश्ता हमने कर लिया है, तो इधर मिस्त्री साहब लगे हुए जी प्लस्तर। तुम क्या सके कल जी कह रहे इन्होंने कारकरदगी माशाल्लाह तुम हने गए, तो हूँ ना जी सीमेंट बना रहे गए थे, रेत सीमेंट मिक्स करके वो एक जाली होंगी है, तो जाली जी पा के फिर वो प्लस्तर वास्ते करा होंगे ना, मतलब निके निके के रवटे होंगे वो निकल निकल जाते हैं, तो प्लस्तर फ्लेम हो जाता है तो प्लस्तर करिए। तो हूँ करने गए फिर तले के बटे होंगे वो तुम बहाने है तेरा उतले बटे बच गए ना अभी ना देखो ये वाले ये सारा कचरा मचरा ना प्लस्तर के अंदर नहीं जाता। तो ये देखिए जी माशाल्लाह कारकरदगी तनवाई है इसे तो रात से है ये दीवार करती है उस वाले बैग रेली आ लिया जी रही है क्या ये बात है। वायरिंग शायरिंग पैप में डिंगा जा रहा है पर प्लस्तर की तो हो जाएगा तो नज़र नहीं आएगा। और उस्ताद अलहमदुल्ला शुक्र नाजिम बांस बंद पे है गया तो इन्हें वो फटे शटे रख के फिर करना है प्लस्तर है ना उस्ताद सही सही। अद कुत्ता सुता पे है ए, मैं मिट्टी में सौन तो ज़्यादा आदि ने मैं ठीक है ना। तुम लाइक सब्सक्राइब एंड शेयर कर। पीने गए जी चाह तो शरीफ, तो आज 5 कप पे है उस्ताद ने पी लेनी है आप पता नहीं किन्ने पीनी किन्ने किन्ने नसीब से लिखी हुई है जी एक तो फिर खाली कप हो जाए फिर तुम खा लाँगे किन्ने किन्ने पीती हैगी है उस्ताद। अच्छा सही सही, तो चाह पीने तो पहले प्यास लगती है वजह की कोई पानी पीता कोई नहीं पीता है पानी पीना चाहिए ज़्यादा ज़्यादा गर्मी में ज़्यादा पीना चाहिए किन्ने गिलास पीने चाहिए 9 गिलास तुझे कहती सैंस कहती 9 गिलास पीने चाहिए बंदे ने असं तो कोई चाली पी जाने 40 गिलास हाँ ठीक है ना बस सैंस कहती मतलब कम से कम बंदे 9 गिलास पीने चाहिए फिर सैंस नाल असी वध होएगे हाँ तो तुसी 9 + 27 = 36 मतलब 4 गुना वध पानी पींदे हैगे हाँ साफ जर किन्ने इन्ना मतलब वजनी कम करना है तो 9 गिलास तो कुछ नहीं है मैंने ठीक फिर चीज़ 9 गिलास मैं ध्याड़ी की कूलर किलास आ
ਕੂਲਰ ਪੂਰੇ ਕੂਲਰ ਦੇ ਵਿੱਚ ਤੁਸੀਂ ਹੋਣਾ ਕੋਈ 200 ਗਲਾਸ ਫਿਰ ਅਸੀਂ ਪੀਣਾ ਹੁੰਦਾ 12 ਵਜੇ ਤੱਕ ਹਾਂ ਤੇ ਕੂਲਰ ਕਿਹੜਾ ਫੁੱਲ ਭਰਿਆ ਹੁੰਦਾ ਚਲ 80 ਲਾ ਲਾ ਇੱਧਰ ਵੇਖੋ ਨਵੀਂ ਮਕੈਨਿਕ ਦੀ ਸ਼ੁਰੂ ਹਾਂਜੀ ਕੀ ਕਰ ਰਹੇ ਹੋ ਚਾਚੂ ਜੀ ਨੌਜੀ ਆ ਰਹੀ ਚਲ ਨੌਜੀ ਸਾਫ਼ ਕਰਕੇ ਮਾਮਾ ਸੀ ਨਾਜ਼ੀ ਤੋਂ ਭਾਈ ਜਾਨ ਚਾਹ ਪੀ ਲਓ ਬਸ ਮੈਂ ਉੱਤਰ ਰਹੇਗਾ ਕੰਮ ਨਾਜ਼ੀ ਮੰਮੀ ਪਾਣੀ ਪੀ ਕੇ ਤੇ ਫਿਰ ਚਾਹ ਪੀਣਾ ਫਿਰ ਪੈਕਿੰਗ ਕਰਕੇ ਜਾਣਾ ਬਾਜ਼ਾਰ ਥੋੜ੍ਹਾ ਸਮਾਨ ਸਮਾਨ ਲੈ ਕੇ ਆਉਣਾ ਹੈਗਾ ਵਾ ਅਤੇ ਤੁਸੀਂ ਫਿਰ ਲਾਈਕ ਸ਼ੇਕ ਮਾਰ ਦਿਓ ਪੀ ਲਈ ਹੈਗੀ ਮਿਸਤਰੀ ਸਾਹਿਬ ਰਾਣੇ ਅਤੇ ਮਾਸ਼ਾਅੱਲਾ ਅਤੇ ਕੰਮ ਸ਼ੁਰੂ ਕਰ ਲਿਆ ਹੈਗਾ ਵਾ ਅਤੇ ਆਹ ਇਹਨਾਂ ਦੀ ਹੈਗੀ ਜੀ ਪੈਕ ਛੱਡ ਹੈਗੀ ਮਾਸ਼ਾਅੱਲਾ ਵੇਖੋ ਅਤੇ ਆਹ ਲਾ ਰਹੇ ਹੈਗੇ ਜੀ ਇੱਕ ਅੱਧੀ ਦੀਵਾਰ ਇੱਧਰ ਹੋ ਗਈ ਜੀ ਅੱਧੀ ਇੱਧਰ ਹੋ ਜਾਣੀ ਹੈਗੀ ਅੱਛਾ ਉਸਤਾਦ ਜੀ ਪਹਿਲੇ ਸੁੱਕਾ ਸਿਮ ਚਲਾਉਂਦੇ ਹੁੰਦੇ ਹੈ ਇਹ ਸੁੱਕਾ ਸਿਮ ਚਲਾਇਆ ਇਹ ਤਾਂ ਪਹਿਲੇ ਕੋਈ ਵੀ ਨਹੀਂ ਲਾਉਂਦਾ ਹੈਗਾ ਸੀ ਔਰ ਨਾਲ ਆ ਕੇ ਹੋਏ ਨਾ ਅੱਜ ਗਿੱਦੜ ਨੂੰ ਲਾਇਆ ਹੈਗਾ ਅੱਛਾ ਵਾਹ ਜੀ ਵਾਹ ਨਾ ਜੀ ਨੇ ਪਲਸਟਰ ਦੇ ਇੱਕ ਨਵੀਂ ਕਾਰ ਸਿੱਖੀ ਹੈਗੀ ਹੈ ਵਾਹ ਜੀ ਵਾਹ ਅੱਛਾ ਸਹੀ ਪੱਕਰ ਹੋ ਜਾਂਦੇ ਹੈ ਨਾ ਸਹੀ ਨਾ ਜੀ ਤੋ ਇਹ ਦੇਖੇ ਜੀ ਜਬ ਪਲਸਤਰ ਹੋ ਜਾਏਗਾ ਤੋ ਇਹ ਨਕਸ਼ਾ ਆਪ ਦੇਖੇ ਵੀਡੀਓ ਮੈਂ ਇਹ ਸਾਰੀ ਦੁਬਾਰਿਸ਼ ਬਾਰੇ ਮਾਸ਼ਾਅੱਲਾ ਮੈਂ ਚੱਲਿਆ ਬਾਜ਼ਾਰ ਥੋੜ੍ਹਾ ਸਮਾਨ ਲੈ ਕੇ ਆਉਂਦੇ ਹੈਗੇ ਹਾਂ ਉਸ ਤੋਂ ਥੋੜ੍ਹੀ ਪੈਕਿੰਗ ਕਰਕੇ ਹਮ ਜਾ ਰਹੇ ਹਾਂ ਸੇਲ ਮੈਨੀ ਅਤੇ ਤੁਸੀਂ ਫਿਰ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਕਰ ਕਿ ਮਿਸਤਰੀ ਸਾਹਿਬ ਸੁਬਹ ਲੱਗੇ ਹੋਏ ਸੀ ਮਾਸ਼ਾਅੱਲਾ ਅਤੇ ਅੱਜ ਸੈਲਮੈਨ ਕੋ ਨਹੀਂ ਗਏ ਹੈਗੇ ਅਤੇ ਤੋਰੀ ਤਬੀਅਤ ਸਿਰ ਦਰਦ ਵਰਗਾ ਦਾ ਹੋਇਆ ਸੀ ਬਸ ਸਵੇਰ ਸੁੱਤੇ ਹੈਗੇ ਅਤੇ ਹੁਣ ਉੱਥੇ ਹੈਗੇ ਤਕਰੀਬਨ ਅੱਧਾ ਘੰਟਾ ਘੰਟਾ ਹੋ ਗਿਆ ਹੈਗਾ ਵਾ ਅਤੇ ਹੁਣ ਉੱਥੇ ਜਾ ਭਤੀਜਾ ਸਾਹਿਬ ਬਾਹਰ ਖੇਡਣਾ ਪਿਆ ਹੈਗਾ ਵਾ ਇਸ ਤੋਂ ਪਹਿਲੇ ਜੀ ਮੌਸਮ ਹਾਜੇ ਜੀ ਇੱਧਰੋਂ ਬੱਦਲ ਸ਼ਰੀਫ ਹੋਏ ਫਿਰਦੇ ਹੈਗੇ ਇੱਧਰੋਂ ਵੇਖੋ ਜੀ ਇਹ ਬੱਦਲ ਹੋਏ ਫਿਰਦੇ ਹੈਗੇ ਚੰਗੇ ਟਿਕਾ ਕੇ ਸ਼ਾਇਦ ਬਾਰਿਸ਼ ਆ ਜਾਵੇ ਉਸ ਤੋਂ ਬਾਅਦ ਇੱਧਰੋਂ ਬਾਰਿਸ਼ ਅਤੇ ਮਤਲਬ ਬੱਦਲ ਹੋਏ ਫਿਰਦੇ ਹੈਗੇ ਇੱਧਰੋਂ ਸ਼ਾਇਦ ਬਾਰਿਸ਼ ਆ ਜਾਵੇ ਕੋਈ ਪਤਾ ਨਹੀਂ ਹੈਗਾ ਚਾਚੂ ਖੇਲੋ ਬਾਬਾ ਕਹਾਂ ਹੈ ਗਾਗੀ ਹੋਰ ਜਨਾਬ ਠੀਕ ਹੈ ਸਹਿਜ ਬਾਈ ਠੀਕ ਹੈ ਕਿੱਥੇ ਜਾ ਰਹੇ ਬਾਜ਼ਾਰ ਜਾ ਰਹੇ ਅੱਛਾ ਬਾਜ਼ਾਰ ਇੱਧਰ ਹੈਗਾ ਵਾ ਗਾਗੀ ਆ ਗਈ ਉੱਪਰ ਆ ਜਾਓ ਮੈਨੂੰ ਨਾ ਦਿਨ ਹੌਲੀ ਹੌਲੀ ਵੱਡਾ ਹੋ ਰਿਹਾ ਹੈਗਾ ਵਾ ਅਤੇ ਇਹ ਦਿਨ ਬ ਦਿਨ ਕਹਿੰਦਾ ਕਿ ਮੈਂ ਗਲੀ ਦੇ ਵਿੱਚ ਖੇਡਣਾ ਹੈਗਾ ਵਾ ਅਤੇ ਮੈਂ ਕਿਹਾ ਚਲੋ ਹੁਣ ਗਲੀ ਦੇ ਵਿੱਚ ਖੇਡਣ ਨਾਲ ਧਿਆਨ ਵੀ ਰੱਖਿਆ ਪਏਗਾ ਕਿਉਂਕਿ ਮੋਟਰਸਾਈਕਲ ਆਉਂਦੇ ਜਾਂਦੇ ਹੈਗੇ ਆ ਇਹ ਦੋਵੇਂ ਐਵੇਂ ਘਰ ਜਾਂਦੇ ਹੈਗੇ ਘਰ ਅਤੇ ਉੱਧਰੋਂ ਦਰਵਾਜ਼ਾ ਖੁੱਲ੍ਹ ਕੇ ਸਿੱਧਾ ਭੱਜ ਕੇ ਇੱਧਰ ਆਉਂਦੇ ਹੈਗੇ ਰੇਅਰ ਤੋਂ ਥੱਲੇ ਆਉਂਦੇ ਨੇ ਇਹਨਾਂ ਨੂੰ ਆਉਂਦੀ ਹੈ ਚਸ ਪਰ ਚਸ ਆਉਂਦੇ ਤਾਂ ਮੈਨੂੰ ਕਿਤੇ ਡਰ ਹੁੰਦਾ ਹੈਗਾ ਮੋਟਰਸਾਈਕਲ ਫਿਰ ਕੋਈ ਤੇਜ਼ੀ 'ਚ ਆਉਂਦਾ ਹੈਗਾ ਉੱਥੋਂ ਕਿਤੇ ਐਨੂੰ ਥੱਲੇ ਨੂੰ ਆਉਂਦੇ ਅਤੇ ਮੈਨੂੰ ਡਰਲ ਕਿਤੋਂ ਵਜੇ ਨਾ ਮੋਟਰਸਾਈਕਲ ਤਾਂ ਫਿਰ ਪਤਾ ਚੱਲੇਗਾ ਅੱਲਾ ਖੈਰ ਕਰੇ ਮਤਲਬ ਜੀ ਬੱਕਰੇ ਸ਼ਕਰੇ ਆ ਗਿਆ ਕਿ ਮੈਂ ਮਾਰੇਗੀ ਬੱਕਰੇ ਕੋਲ ਚਲਾ ਗਿਆ ਹੈਗਾ ਭਤੀਜਾ ਅਤੇ ਨਾ ਜੀ ਤੋਂ ਹਮ ਅੰਦਰ ਚਲਤੇ ਹੈ ਤੋਂ ਮਿਸਤਰੀ ਸਾਹਿਬ ਦੇਖਤੇ ਹੈ ਕਿ ਕਿਆ ਉਨਕੀ ਪ੍ਰੋਗਰੈਸ ਹੈ ਕਮਰਾ ਪੂਰਾ ਪਲਸਤਰ ਉਹਨਾਂ ਨੇ ਕੀਆ ਕਿ ਨਹੀਂ ਕੀਆ ਵੀ ਉਹ ਬਨੇਰਾ ਜੋ ਫਿਨਿਸ਼ ਫੈਕਟ ਕਰਦੇ ਪਏ ਹੈਗੇ ਕਿ ਸੈਕਮੈਂਟ ਕਰਦੇ ਪਏ ਹੈਗੇ ਅਤੇ ਉਹ ਵੀ ਜਾ ਕੇ ਤੁਹਾਨੂੰ ਖਾਣੇ ਹੈਗੇ ਅਤੇ ਇਸ ਤੋਂ ਪਹਿਲੇ ਜੀ ਇੱਧਰ ਮੁਜ਼ੰਮਤ ਸਾਹਿਬ ਸਾਡੇ ਆ ਰਹੇ ਹੈਗੇ ਕਿਹਨੂੰ ਮੈਂ ਕਹਿੰਦਾ ਮਰਜ਼ੀ ਤੇਰੀ ਇਸ ਮਜ਼ਾਕ ਤੋਂ ਬਾਅਦ ਮਸਤੀਆਂ ਵਿੱਚ ਮੈਨੂੰ ਕਹਿੰਦਾ ਹੈਗਾ ਤੇਰੀ ਮਰਜ਼ੀ ਇੰਨੀ ਸ਼ਾਪਿੰਗ ਕਰਕੇ ਆ ਗਿਆ ਮੇਰੇ ਵਾਸਤੇ ਆਈਸਕ੍ਰੀਮ ਵੀ ਲੈ ਕੇ ਆਉਂਦਾ ਕਿਤਾਬਾਂ ਵੀ ਲੈ ਕੇ ਆ ਗਿਆ ਅੱਜ ਕੱਲ੍ਹ ਸਕੂਲੀਆ ਬੱਚਾ ਬਣ ਗਿਆ ਨਾ ਵਾਹ ਜੀ ਬਾਰੇ ਸ਼ਾਪਿੰਗ ਕਰਕੇ ਆਇਆ ਝੂਲੇ ਨਾ ਝੂਲੇ ਲੈ ਲਓ ਝੂਲੇ ਦੇਗਾ ਬਾਬਾ ਜੀ ਲੈਣੇ ਆ ਤੂੰ ਇਹ ਕਿਹਾ ਇਹ ਵੀ ਚਾਚੂ ਵੇ ਠੀਕ ਹੈ ਨਾ ਅਸੀਂ ਚੱਲਦੇ ਹਾਂ ਇੰਦਰ ਮਿਸਤਰੀ ਕੋਲ ਅਤੇ ਤੁਸੀਂ ਫਿਰ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਕਰ ਮੈਨੇ ਕੈਮਰੇ ਕੋ ਆਫ ਕਰ ਦਿੱਤਾ ਤਾਂ ਬੰਦ ਕਰ ਦਿੱਤਾ ਤਾਂ ਉਸ ਤੋਂ ਪਹਿਲੇ ਇਹ ਜਨਾਬ ਆ ਗਏ ਹੈ ਸਾਡੇ ਦੋਸਤ ਪਿਆਰੇ ਕੀ ਨਾਮ ਤਾਂ ਅਹਿਮਦ ਸਾਹਿਬ ਇਹ ਤਸ਼ਰੀਫ ਫਰਮਾ ਲਿਆ ਜੀ ਸੋਟੀ ਚੁੱਕ ਕੇ ਮੈਨੂੰ ਕਹਿੰਦਾ ਕੈਮਰਾ ਚੱਲ ਜੇ ਤੇਰੀ ਖੈਰ ਕੋਈ ਨੀ ਸੋਟਾ ਨਾਜ਼ਰੀ ਨੂੰ ਹਾਰੇ ਤਾਂ ਮੈਨੂੰ ਹਾਰਿਆ ਹੈਗਾ ਸਾਰਿਆਂ ਨੂੰ ਮੈਨੂੰ ਹਾਰਿਆ ਹੈਗਾ ਸੁਣਾ ਕੀ ਪ੍ਰੋਗਰੈਸ ਅੱਜ ਕੱਲ੍ਹ ਬੱਕਰੀਆਂ ਦੀ ਬੱਕਰੀਆਂ ਅੱਛਾ ਮੈਂ ਵੀ ਬੱਕਰੀਆਂ ਲੈਣ ਲੱਗਾ ਕੁਰਬਾਨੀ ਲੈਣੀ ਜੀ ਤੋ ਮੈਂ ਬੱਕਰੀਆਂ ਛੱਕੀਆਂ ਲੈਣ ਲੱਗਾ ਤੇਰੇ ਤਰ੍ਹਾਂ ਸੋਚਾ ਫੜ ਲੈਣਾ ਚੱਲ ਬਾਈ ਇੱਧਰ ਨੂੰ ਤੇ ਉੱਧਰ ਨੂੰ ਤੇ ਐਨ ਨੂੰ ਤੇ ਔਨ ਨੂੰ ਤੇ ਇੱਧਰ ਤੇ ਉੱਪਰ ਤੇ ਨੀਚੇ ਤੇ ਸੱਜੇ ਤੇ ਖੱਬੇ ਤੇ ਸਾਰੇ ਪਾਸ ਓਏ
ਤੂੰ ਇੱਕ ਸਾਜ ਕਿੰਨੀ ਵਾਰੀ ਆਪਾਂ ਪਹਿਲੇ ਵੀ ਗਿਣਿਆ ਹੋਇਆ ਆ ਇੱਕ ਸਾਜ ਕਿੰਨੀ ਵਾਰ ਗਿਣਦੀ ਗੱਲ ਨੇਗਾ ਇੱਕ ਸਾਜ ਕਿੰਨੇ ਤੱਕ ਹੋ ਗਏ ਅੱਛਾ ਤੂੰ ਬੱਕਰੀਆਂ ਚਲਾ ਕੇ ਉੱਧਰ ਉੱਧਰ ਭੱਜ ਰਿਹਾ ਚਨਾ ਦੀ ਤੂੰ ਮੈਂ ਆਪ ਮਿਸਟਰ ਕੋ ਅਹਿਵਾਲ ਦੇ ਲਵਾਂ ਹੁਣ ਕੀ ਪ੍ਰੋਗਰੈਸ ਹੈ ਇਹ ਬੋਲ ਦੇ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਨਾਜ਼ਰੀਨ ਇਸ ਬੰਦੇ ਦੇ ਚੈਨਲ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਕਰ ਦਿਓ ਹਾਂ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਕਰ ਨਾਜ਼ਰੀਨ ਤੋਂ ਉੱਧਰ ਮਿਸਤਰੀ ਸਾਹਿਬ ਜੀ ਇੱਕ ਉਸਦੇ ਬੈਠੇ ਹੋਏ ਜੀ ਮੋਬਾਈਲ ਸ਼ੇਅਰ ਦੇ ਇਹਨਾਂ ਨੇ ਕੰਮ ਖਤਮ ਕਰ ਲਿਆ ਹੈਗਾ ਅਤੇ ਮਾਸ਼ਾਅੱਲਾ ਅਤੇ ਇੱਧਰੋਂ ਅੰਦਰ ਸਾਰੇ ਪਲਸਤਰ ਪਲੁਸਤਰ ਕਰ ਲਏ ਹੈਗੇ ਅਤੇ ਆਹ ਵੇਖੋ ਜੀ ਇਹ ਵੀ ਦੀਵਾਰ ਕਰ ਲਈ ਇਹ ਵੀ ਦੀਵਾਰ ਕਰ ਲਈ ਉਸ ਤੋਂ ਬਾਅਦ ਇਹ ਵੀ ਦੀਵਾਰ ਕਰ ਲਈ ਇਹ ਫਾਈਨਲ ਹੋ ਗਿਆ ਮਤਲਬ ਅੰਦਰ ਉੱਧਰੋਂ ਵੀ ਅਤੇ ਉੱਧਰੋਂ ਵੀ ਉਸ ਤੋਂ ਬਾਅਦ ਉੱਧਰ ਕਿਹੜੀ ਬਚ ਗਈ ਸੀ ਇਹ ਵੀ ਫਾਈਨਲ ਹੋ ਚੁੱਕੀ ਹੈ ਮਤਲਬ ਕਮਰਾ ਕਿਹੜੇ ਹੈਗੇ ਅੰਦਰ ਸਾਰੇ ਫਾਈਨਲ ਹੋ ਗਏ ਹੈਗੇ ਅਤੇ ਹਨੇਰਾ ਹੈਗਾ ਵਾ ਆਹ ਵੇਖੋ ਨਾ ਐਵੇਂ ਤਾਂ ਹਨੇਰਾ ਹੈਗਾ ਹੁਣ ਉੱਥੇ ਬਨੇਰਾ ਲਾ ਰਹੇ ਹੈਗੇ ਉੱਥੇ ਜਾ ਕੇ ਵੇਖਣੇ ਹੈਗੇ ਚਾਚੂ ਜੀ ਚਾਚੂ ਜੀ ਉੱਪਰ ਜਾ ਰਹੇ ਆਪ ਚਾ ਜੇ ਨਾ ਥੋੜ੍ਹਾ ਸਾ ਬਨੇਰਾ ਰਹਿਤਾ ਮਿਲ ਕੇ ਕਾਫੀ ਰਹਿੰਦਾ ਹੈਗਾ ਸਾਹਮਣੇ ਵਾਲਾ ਤਾਂ ਬਿਲਕੁਲ ਹੀ ਰਹਿੰਦਾ ਹੈਗਾ ਬਸ ਇਹ ਗੱਲ ਰਹਿੰਦਾ ਸੀ ਉਹ ਹੋ ਗਿਆ ਹੈਗਾ ਵਾ ਛੱਤ ਥੋੜ੍ਹੀ ਹਿੱਲਦੀ ਕਿਵੇਂ ਕਿਵੇਂ ਪੁਰਾਣੀ ਹੋ ਜਾਏਗੀ ਫਿਰ ਹਿੱਲੇਗੀ ਨਹੀਂ ਹੈ ਸਾਧ ਹਾਏ 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 ਨਾ ਜੀ ਉੱਧਰ ਬੱਦਲ ਵੇਖ ਲਓ ਸ਼ਾਇਦ ਅੱਜ ਬਾਰਿਸ਼ ਹਲਕੀ ਫੁਲਕੀ ਆ ਜਾਵੇ ਚਾਚੂ ਬਾਏ ਬਾਏ ਕਰੋ ਬਾਏ 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 ਹੋਰ ਸਟਾਕ ਨਵੀਂ ਤਾਜ਼ੀ ਅੱਛਾ ਕੱਲ੍ਹ 12 ਹੋ ਜਾਏਗਾ ਮੁਕੰਮਲ ਅੱਛਾ ਸੇਵ ਸੋ ਪੱਥਰ ਬੋਤਲ ਛੁੱਟੀ ਬੋਤਲ ਦੇ ਨੇ ਕੰਮ ਨਹੀਂ ਮੰਗਲ ਹੈ ਬੋਤਲ ਦੇ ਬਹੁਤ ਜਿਮਰਾ ਅਤੇ ਮੰਗਲ ਹਾਂ ਕੱਲ੍ਹ ਮੰਗਲ ਬਹੁਤ ਜਿਮਰਾ ਹੈ ਨਾ ਬਹੁਤ ਜਿਮਰਾ ਦੋ ਦਿਨਾਂ ਦੇ ਵਿੱਚ ਕੰਮ ਫਾਈਨਲ ਫਿਰ ਸਹੀ ਜੀ ਮਤਲਬ ਜਿਮਰਾਤ ਨੂੰ ਮਤਲਬ ਨਾਜ਼ਰੀਨ ਨੇ ਆਏ ਹੈਗੇ ਸੀ ਹਫ਼ਤਾ ਅਤੇ ਦੂਸਰਾ ਹਫ਼ਤਾ ਅਤੇ ਮਤਲਬ ਕਿੰਨੇ ਦਿਨ ਲਾਏ ਹੈਗੇ ਤੁਸੀਂ ਹਫ਼ਤਾ ਦਾ ਹਫ਼ਤਾ ਕਿੰਨਾ ਹੋ ਗਿਆ 7 ਦਿਨ ਦਸ ਕੁ ਦਿਨ 6 ਅਤੇ 5 11 ਦਿਨ ਲੱਗ ਜਾਣੇ ਹੈਗੇ ਨਾਜ਼ਰੀਨ ਨੇ ਠੇਕਾ ਮਕਾਇਆ ਤਾਂ 11 ਦਿਨਾਂ ਮੈਂ ਠੇਕਾ ਮੁਕੰਮਲ ਹੋ ਜਾਏਗਾ ਓਏ 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 ਸਹੀ 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 ਠੀਕ ਹੈ ਨਾਜ਼ਰੀਨ ਤੁਸੀਂ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਕਰ ਲਓ ਤੇ ਜਿੰਨਾ ਆਦੀ ਤਾਂ ਤੇਜਾ ਉੱਪਰ ਜਾ ਰਿਹਾ ਉੱਪਰ ਜਾ ਉੱਪਰ ਉੱਪਰ ਜਾ ਉੱਪਰ 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 ਜਾ ਖਿੱਚ ਲੈ ਓ ਗਿਆ ਹੋ ਗਿਆ ਨਾਜ਼ਰੀਨ ਤੋ ਬਿਲਕੁਲ ਤਾਂ ਮਜ਼ਾ ਤੇ ਆ ਤੇਰਾ ਹੱਥ ਐਵੇਂ ਕਰਕੇ ਨਾਜ਼ਰੀਨ ਟਿਕਟੋਕ ਕਿਉਂਕਿ ਬਣਾਉਂਦੀਆਂ ਹੈਗੀਆਂ ਨੇ ਕੁੜੀਆਂ ਛੁਰੀਆਂ ਐਵੇਂ ਕਰਕੇ ਤਾਂ ਉਵੇਂ ਕਰਕੇ ਤਾਂ ਐਵੇਂ ਕਰਕੇ ਤਾਂ ਉਵੇਂ ਕਰਕੇ ਅਤੇ ਬਿਲਕੁਲ ਇਹ ਸਮਝ ਨਹੀਂ ਆਉਂਦੀ ਕਿ ਉਹ ਐਵੇਂ ਤਾਂ ਐਵੇਂ ਤਾਂ ਐਵੇਂ ਤਾਂ ਉਹ ਪਤਾ ਨਹੀਂ ਕੀ ਕਰ ਲੈਂਦੇ ਓਏ ਦੁਬਾਰਾ ਐਸੇ ਕੀ ਰਾਜੀ ਚਾਚੂ ਜੀ ਬਾਏ ਬਾਏ ਕਰੋ ਤੁਸੀਂ ਨਾਜ਼ਰੀਨ ਤੋਂ ਭਤੀਜਾ ਤੇ ਨਹੀਂ ਨਹੀਂ ਕਰੋ ਭਤੀਜਾ ਸਾਈਕਲ ਪਾ ਲਓ ਸਾਈਕਲ ਚਲਾਓ ਸਾਈਕਲ ਸ਼ਾਹ ਪਾਸ ਕਿੱਧਰ ਸਾਈਕਲ ਚਲਾਓ ਹਾਂ ਚਲਾਓ ਚਲਾਓ ਸ਼ਾਬਾਸ਼ ਸਾਈਕਲ ਚਲਾਓ ਬੂਮ 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 ਹੈਂ ਇਹ ਤੋਂ ਸਾਰੇ ਬਾਲਾਂ ਨੂੰ ਮਿੱਟੀ ਬਿਠਾ ਲੈ ਸ਼ਰਮ ਨਹੀਂ ਆਉਂਦੀ ਅੱਜ ਆਪ ਕੋ ਸ਼ਰਮ ਆਤੀ ਹੈ ਹਾਂਜੀ ਕਿਸ ਤਰ੍ਹਾਂ ਕਿੱਧਰ ਸੇ ਆਤੀ ਹੈ ਉੱਪਰ ਸੇ ਨੀਚੇ ਸੇ ਦਾਏ ਸੇ ਬਾਏ ਸੇ ਹਰ ਸਾਈਡ ਤੋਂ ਤੇ ਮੇਰੀ ਕਾਲ ਆ ਰਹੀ ਹੈਗੀ ਕੰਪਨੀਆਂ ਦੀ ਕਾਰ ਹੋਣੀ ਹੈ ਮੈਂ ਵੇਖ ਲੈਂਦਾ ਮੈਂ ਸਮਝ ਲੈਂਦਾ ਚੱਲ ਜਾ ਯਾਰ ਨਾ ਤੰਗ ਕਰ ਮੈਨੂੰ ਤੰਗ ਨਾ ਕੀਤਾ ਕਰ ਬਾਹਰ ਆਓ ਤੂੰ ਬਾਹਰ ਆਓ ਬਾਹਰ 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 ਬਾਹਰ